ਤਨਵਾਈ ਗੁਰੂ ਸਾਹਿਬ ਜੀ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇਵਡ ਅਵਰ ਨਾ ਕੋਈ ਹਾਉ ਸਿੱਖ ਸਤਗੁਰ ਕੀ ਪਿਆਰਿ ਓ ਗਾਉ ਸਚੀ ਬਾਣੀ ਬਾਣੀ ਤਾਂ ਗਾਵੋ ਹੋ ਹੋ ਗੁਰੂ ਕੇ ਰੀ ਬਾਣੀਆਂ ਸਿਰ ਬਾਣੀ ਜੁਗੋ ਜੁਗਟਲ ਸ਼ਬਦ ਗੁਰੂ ਤੁਨ ਸਤਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਜੁੜ ਕੇ ਬੈਠੇ ਹੱਥ ਸਨਮਾਨਯੋਗ ਸਤਸੰਗੀ ਜਨੋਂ ਆਓ ਸਭ ਤੋਂ ਪਹਿਲਾਂ ਸੇਭਾਂ ਵੱਲੋਂ ਬਖਸ਼ੀ ਗਈ ਫਤੇ ਨਾਲ ਸਾਂਝ ਪਾਈ ਜੀ ਕੋਈ ਵੀ ਰਸਨਾ ਬੰਜੀ ਨਾ ਰਹੇ ਇੱਕੇ ਵਾਰ ਕਹਿਣ ਤੇ ਗੱਜ ਕੇ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਧ ਸੰਗਤ ਸਭ ਤੋਂ ਪਹਿਲਾਂ ਸਮੂਹ ਸਾਧ ਸੰਗਤ ਨੂੰ ਸਿੱਖ ਪੰਥ ਨੂੰ ਸਮੂਹ ਕਾਇਨਾਤ ਨੂੰ ਸਾਇਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪਾਵਨ ਪ੍ਰਕਾਸ਼ ਤੇ ਹੜੇ ਦੀ ਲੱਖ ਲੱਖ ਵਧਾਈ ਅੱਜ 1 ਸਤੰਬਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ 1 ਸਤੰਬਰ 1604 ਭਾਈ ਗੁਰਦਾਸ ਜੀ ਪਾਸੋਂ ਇਹ ਸੇਵਾ ਲੈ ਕੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਬਾਬਾ ਬੁੱਢਾ ਜੀ ਨੂੰ ਪਹਿਲਾ ਗ੍ਰੰਥੀ ਥਾਪ ਕੇ ਅੱਜ ਦੇ ਦਿਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਕਰਾਇਆ ਸੋ satsangਤ ਆਓ ਚੰਦ ਕ ਸਮਾਂ ਕਿਉਂਕਿ ਜੋ ਇਸ ਵਕਤ ਸੰਸਾਰ ਦੇ ਵਿੱਚ ਮਹਾਂਮਹਰੀ ਫੈਲੀ ਹੋਈ ਹੈ ਉਸ ਨੂੰ ਧਿਆਨ ਦੇ ਵਿੱਚ ਰੱਖਦੇ ਆਂ ਚੰਦ ਕ ਸਮਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਇਸ ਪਾਵਨ ਬਾਣੀ ਇਸ ਸੰਸਾਰ ਨੂੰ ਜੋ ਸੈਭਾਂ ਦੀ ਦੇਨ ਹੈ ਇਹਦੇ ਤੇ ਵਿਚਾਰ ਕਰੀਏ ਸਾ ਸੰਗਤ ਜਗਤ ਚਲੰਦੇ ਦੀ ਰਾਖੀ ਤੇ ਖਾਤਰ ਧੰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੇ ਜੀਵਨ ਦੇ ਵਿੱਚ 12 ਸਾਲ ਦਾ ਜ਼ਫਰਾ ਭਰਿਆ ਸਫਲ ਜ਼ਰਾ ਹੈ ਉਹ ਤੈਅ ਕੀਤਾ ਹੈ ਉਹੜ ਕਈ ਹਜ਼ਾਰਾਂ ਕਿਲੋਮੀਟਰ ਜਿਹੜਾ ਹੈ ਉਹ ਪੈਦਲ ਚੱਲ ਕੇ ਗੁਰੂ ਨਾਨਕ ਸਾਹਿਬ ਨੇ ਉਸ ਸਮੇਂ ਦੇ ਸਾਧਨਾਂ ਦੀ ਵਰਤੋਂ ਕਰਕੇ ਇਸ ਮਨੁੱਖਤਾ ਇਸ ਸੰਸਾਰ ਨੂੰ ਇਹੋ ਜਿਹਾ ਖਜ਼ਾਨਾ ਦਿੱਤਾ ਹੈ ਦਰਅਸਲ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜਦਨ ਭਾਈ ਮਰਦਾਨਾ ਜੀ ਨੂੰ ਲੈ ਕੇ ਆਪਣੇ ਘਰ ਦੇ ਵਿੱਚੋਂ ਤੁਰੇ ਨੇ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਜਿੱਥੇ-ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜਾਂਦੇ ਰਹੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਜੋ ਬਾਣੀ ਜਿਸ ਬਾਣੀ ਬਾਰੇ ਸਤਿਗੁਰੂ ਆਪ ਫਰਮਾਉਂਦੇ ਨੇ ਵੀ ਇਹ ਬਾਣੀ ਜਿਹੜੀ ਹੈ ਕਿਤੇ ਨਾਨਕ ਦੀ ਜਾਂ ਕਿਤੇ ਗੁਰੂ ਅਰਜਨ ਸਾਹਿਬ ਜੀ ਦੀ ਨਹੀਂ ਇਹਨਾਂ ਨੇ ਕੇਵਲ ਮੁਖ ਤੋਂ ਉਚਾਰ ਕੀਤੀ ਹੈ ਇਹ ਬਾਣੀ ਉਸ ਕਾਲ ਪੁਰਖ ਦੀ ਹੈ ਹਰ ਕਰਤਾ ਆਪ ਮੂੰਹ ਕਢਾਏ ਉਸ ਮਾਲਕ ਨੇ ਕੇਵਲ ਇਹਨਾਂ ਦੀ ਰਸਨਾ ਦੁਆਰਾ ਇਸ ਬਾਣੀ ਨੂੰ ਜਿਹੜਾ ਬਾਹਰ ਕਢਾਇਆ ਹੈ ਇਹ ਬਾਹ ਵਾਹ ਬਾਣੀ ਨਿਰੰਕਾਰ ਹੈ ਇਹ ਰੱਬ ਰੂਪ ਬਾਣੀ ਹੈ ਔਰ ਇਹ ਕੇਵਲ ਸੰਸਾਰ ਦੇ ਉਧਾਰ ਦਾ ਜੇ ਕੋਈ ਸਾਧਨ ਹੈ ਤੇ ਇੱਕੋ ਇੱਕ ਗੁਰਬਾਣੀ ਹੈ ਗੁਰਬਾਣੀ ਕਹੇ ਸੇਵਕ ਜਨਮ ਹੈ ਜਿਹੜਾ ਗੁਰੂ ਕਹਿੰਦਾ ਇਸ ਗੁਰਬਾਣੀ ਦੇ ਦੁਆਰਾ ਜੇ ਉਹਨੂੰ ਸੇਵਕ ਬਣ ਕੇ ਸਿਮੰਨੀਏ ਤੇ ਸੰਸਾਰ ਦੇ ਵਿੱਚ ਸੰਸਾਰ ਦੇ ਵਿੱਚ ਧਰਮ ਦੀਆਂ ਬਾਜ਼ੀਆਂ ਜਿਹੜੀਆਂ ਨੇ ਉਹ ਜਿੱਤੀਆਂ ਜਾ ਸਕਦੀਆਂ ਨੇ ਸੋ ਧੰਗ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਸਾ ਸੰਗਤ ਪ੍ਰਚਾਰ ਉਦਾਸੀ ਤੇ ਜਦੋਂ ਜਾਉਣਾ ਸ਼ੁਰੂ ਕੀਤਾ ਔਰ ਜਿੱਥੇ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਗਏ ਨੇ ਜੇ ਭਾਈ ਲਾਲੋ ਜੀ ਦੇ ਘਰ ਗੁਰੂ ਨਾਨਕ ਸਾਹਿਬ ਮਹਾਰਾਜ ਆਪਣੇ ਜੀਵਨ ਦਾ ਪਹਿਲਾ ਦੀਵਾਨ ਲਾਉਂਦੇ ਨੇ ਤੇ ਭਾਈ ਲਾਲੋ ਜੀ ਨੂੰ ਗੁਰੂ ਪਾਤਸ਼ਾਹ ਇਹ ਗੱਲ ਸਮਝਾ ਜਾਂਦੇ ਨੇ ਲਾਲੋ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸਰਾ ਕਰੀ ਗਿਆਨ ਬੇ ਲਾਲੋ ਜਿਹੜੀ ਮੈਂ ਤੇਰੇ ਨਾਲ ਗਿਆਨ ਦੀਆਂ ਗੱਲਾਂ ਕਰ ਰਿਹਾ ਇਹ ਬਾਣੀ ਮੇਰੀ ਨਹੀਂ ਇਹ ਖਸਮ ਉਸ ਮਾਲਕ ਪ੍ਰਮਾਤਮਾ ਦੀ ਹੈ ਮੈਂ ਤੇ ਕੇਵਲੇ ਨੂੰ ਆਪਣੀ ਰਸਨਾ ਦੇ ਦੁਆਰਾ ਆਪ ਜੀ ਦੇ ਸਾਹਮਣੇ ਪਹੁੰਚਾਉਣ ਦਾ ਇੱਕ ਯਤਨ ਕਰ ਰਿਹਾ ਗੁਰੂ ਸਾਹਿਬ ਮਹਾਰਾਜ ਨੇ ਉਸ ਵਕਤ ਜਿਹੜੀ ਬਾਣੀ ਉਚਾਰੀ ਉਹਨੂੰ ਨਾਲ ਦੇ ਨਾਲ ਗੁਰੂ ਸਾਹਿਬ ਆਪ ਲਿਖਦੇ ਭਾਈ ਮਰਦਾਨਾ ਜੀ ਲਿਖਦੇ। ਔਰ ਜਿੱਥੇ-ਜਿੱਥੇ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਪਹੁੰਚੇ ਜਿਹੜੇ ਉਸ ਵੇਲੇ ਦੇ ਉਹ ਲੋਕੀ ਸੀ ਭਾਵੇਂ ਦੁਨੀਆਂ ਦੇ ਉਹ ਕਿਸੇ ਕਿਤੇ ਕਿਸੇ ਕੰਮ ਕਿਸੇ ਜਾਤ ਮਜ਼ਮ ਨਾਲ ਸੰਬੰਧ ਰੱਖਦੇ ਹੋਣ ਪਰ ਜਿਨ੍ਹਾਂ ਦੀ ਬਾਣੀ ਇੱਕ ਅਕਾਲਪੁਰਖ ਪ੍ਰਭੂ ਪਰਮਾਤਮਾ ਦੇ ਨਾਲ ਜੋੜਨ ਦੇ ਵਿੱਚ ਸਹਾਇ ਹੋਂਦੀ ਸੀ। ਗੁਰੂ ਪਾਤਸ਼ਾਹ ਮਹਾਰਾਜ ਨੇ ਉਹਨਾਂ ਲੋਕਾਂ ਦੀ ਬਾਣੀ ਨੂੰ ਇਕੱਤਰ ਕੀਤਾ। ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ 'ਚ ਕੋਈ ਵਿਤਕਰਾਂ ਨਹੀਂ ਇੱਥੇ ਬ੍ਰਾਹਮਣ ਦੀ ਬਾਣੀ ਵੀ ਹੈਗੀ ਇੱਥੇ ਸ਼ੂਦਰ ਦੀ ਬਾਣੀ ਵੀ ਹੈਗੀ ਇੱਥੇ ਚਮਿਆਰ ਦੀ ਬਾਣੀ ਵੀ ਹੈਗੀ ਇੱਥੇ ਮੁਸਲਮਾਨ ਦੀ ਬਾਣੀ ਵੀ ਹੈ ਕਿਉਂਕਿ ਗੁਰੂ ਸਾਹਿਬ ਨੇ ਇਸ ਸੰਸਾਰਿਕ ਵੰਡ ਨੂੰ ਇੱਕ ਪਾਸੇ ਰੱਖ ਕੇ ਕੇਵਲ ਗੁਣਾਂ ਨੂੰ ਅਹਿਮੀਅਤ ਦਿੱਤੀ ਜ਼ਾਤ ਨੂੰ ਅਹਿਮੀਅਤ ਨਹੀਂ ਅਹਿਮੀਅਤ ਗੁਣਾਂ ਨੂੰ ਦਿੱਤੀ ਕੰਮ ਨੂੰ ਅਹਿਮੀਅਤ ਨਹੀਂ ਦਿੰਦੀ ਜਿਹਦਾ ਕੰਮ ਪੜਾਉਣ ਦਾ ਹੈ ਤੇ ਉਹ ਵੱਡਾ ਜਿਹਦਾ ਕੰਮ ਜੁੱਤੀਆਂ ਕੰਡਣ ਦਾ ਛੋਟਾ ਨਹੀਂ ਅਹਿਮੀਅਤ ਦਿੱਤੀ ਹੈ ਕਰਮਾਂ ਨੂੰ ਇਹੀ ਕੱਲ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਮੱਕੇ ਦੀ ਧਰਤੀ ਤੇ ਜਾਂਦੇ ਨੇ ਤੇ ਉਹਨਾਂ ਨੇ ਵੀ ਸਵਾਲ ਪੁੱਛਿਆ ਸੀ ਉੱਥੋਂ ਦੇ ਜਿਹੜੇ ਹਾਜ਼ਿਰ ਸੀ ਉਹਨਾਂ ਸਵਾਲ ਪੁੱਛਿਆ ਪੁੱਛਣ ਫੋਲ ਕਿਤਾਬ ਨੂੰ Hindu ਵੱਡਾ ਕੇ ਮੁਸਲਮਨ ਹੋਈ ਕਿ ਦੁਨੀਆਂ 'ਚ ਵੱਡਾ ਕੌਣ ਹੈ Hindu ਧਰਮ ਵੱਡਾ ਹੈ ਮੁਸਲਮਾਨ ਧਰਮ ਵੱਡਾ ਹੈ ਇਹ ਜਿਹੜੀ ਕਿਤਾਬ ਤੁਹਾਡੇ ਕੋਲ ਹੈ ਕਿਤਾਬ ਕੀ ਸੀ ਇਹ ਇਹੀ ਬਾਣੀ ਸੀ ਜਿਹੜੀ ਗੁਰੂ ਪਾਤਸ਼ਾਹ ਪੋਥੀ ਲੈ ਕੇ ਉੱਥੇ ਭਾਈ ਗੁਰਦਾਸ ਜੀ ਲਿਖਦੇ ਨੇ ਫਿਰ ਬਾਬਾ ਮੱਕੇ ਗਿਆ ਨੀਲ ਬਸਤਰ ਧਾਰੇ ਬਨਵਾਰੀ ਆਸਾ ਹੱਥ ਕਿਤਾਬ ਕਛ ਜਿੱਥੇ ਹੱਥ ਦੇ ਵਿੱਚ ਆਸਾ ਉਸ ਵੇਲੇ ਦਾ ਸ਼ਸਤਰ ਸੀ ਉਥੇ ਕਿਤਾਬ ਕੱਚ ਉਹਨਾਂ ਦੇ ਕੱਚ ਦੇ ਵਿੱਚ ਇੱਕ ਕਿਤਾਬ ਸੀ ਔਰ ਗੁਰੂ ਸਾਹਿਬ ਮਹਾਰਾਜ ਉਸ ਵਕਤ ਉਸ ਧਰਤੀ ਤੇ ਜਾ ਕੇ ਉਹਨਾਂ ਲੋਕਾਂ ਨੂੰ ਸਮਝਾਉਂਦੇ ਨੇ ਬਾਬਾ ਆਖ ਹੈ ਹਾਜੀਆਂ ਸ਼ੁਭ ਅਮਲਾਂ ਬਾਜੋ ਧੋਨੇ ਹੋਈ ਕਹਿੰਦੇ ਤੁਸੀਂ ਪੁੱਛਦੇ ਹੋ ਵੀ ਦੁਨੀਆ 'ਚ Hindu ਧਰਮ ਵੱਡਾ ਮੁਸਲਮਾਨ ਮੈਂ ਤੇ ਨਿਰਨੇ ਦਿੰਦਾ ਜੇ ਤੁਹਾਡੇ ਅਮਲ ਚੰਗੇ ਨਹੀਂ ਨੇ ਤੇ ਤੁਹਾਨੂੰ ਦੋਨਾਂ ਨੂੰ ਰੋਣਾ ਪਵੇਗਾ ਇਥੇ ਕਰਨ ਬਖੀਲੀ ਆਪ ਵਿੱਚ ਰਾਮ ਰਹੀਮ ਇੱਕ ਥਾਈ ਖਲੋਏ ਤੁਸੀਂ ਆਪਸ ਦੇ ਵਿੱਚ ਲੜਦੇ ਹੋ ਆਪਸ ਦੇ ਵਿੱਚ ਝਗੜਦੇ ਹੋ ਪਰ ਸੱਚ ਜਾਣਿਓ ਉਹ ਰਾਮ ਰਹੀਮ ਪ੍ਰਮਾਤਮਾ ਜਿਹੜਾ ਇਥੇ ਲਬਜ਼ ਜਿਹੜਾ ਰਾਮ ਜਾਂ ਰਹੀਮ ਵਰਤਿਆ ਗਿਆ ਉਸ ਅਕਾਲਪੁਰਖ ਰੱਬ ਵਾਸਤੇ ਕਿਸੇ ਮਨੁੱਖ ਵਾਸਤੇ ਨਹੀਂ ਉਹ ਅਕਾਲਪੁਰਖ ਪ੍ਰਭੂ ਪ੍ਰਮਾਤਮਾ ਵਾਹਿਗੁਰੂ ਨੂੰ ਭਾਵੇਂ ਤੁਸੀਂ ਖੁਦਾ ਆਜਾ ਦੁਨੀਆ ਦੇ ਵਿੱਚ ਕੋਈ ਵੀ ਨਾਮ ਦੇ ਦਿਓ ਇਹ ਤੇ ਸਾਸੰਗਤਿਕ ਪਛਾਣ ਦਾ ਤਰੀਕਾ ਹੈ ਨਾ ਨਾਮ ਤੁਸੀਂ ਵੇਖੋ ਕਈ ਚੀਜ਼ਾਂ ਇਹੋ ਜਿਹੀਆਂ ਨੇ ਜਿਨ੍ਹਾਂ ਨੂੰ ਇਸ ਇਲਾਕੇ ਦੇ ਵਿੱਚ ਉਹਦਾ ਨਾਮ ਕੁਝ ਹੋਰ ਹੈ ਤੇ ਤੁਸੀਂ 30 40 ਕਿਲੋਮੀਟਰ ਦੂਰ ਚਲੇ ਜਾਓ ਚੀਜ਼ ਉਹੀ ਹੁੰਦੀ ਹੈ ਪਰ ਉਹਦਾ ਨਾਮ ਬਦਲ ਜਾਂਦਾ ਲੋਕਾਂ ਨੇ ਆਪੂ ਆਪਣੇ ਢੰਗ ਦੇ ਨਾਲ ਉਹਦੇ ਨਾਮ ਰੱਖੇ ਨੇ ਇਸੇ ਤਰ੍ਹਾਂ ਉਹ ਤਾਕਤ ਜਿਹੜੀ ਹੈ ਜਿਹੜੀ ਸਾਰੇ ਕਾਇਨਾਤ ਨੂੰ ਪਾਲਦੀ ਹੈ ਸਿਰਜਦੀ ਹੈ ਉਹ ਹੈ ਇੱਕ ਹੈ ਪਰ ਉਹਦੇ ਨਾਮ ਲੋਕਾਂ ਨੇ ਅਲੱਗ-ਅਲੱਗ ਰੱਬ ਦੇ ਉੱਤੇ ਕਿਸੇ ਦਾ ਝਗੜਾ ਨਹੀਂ ਹੈ ਸੰਸਾਰ ਦੇ ਵਿੱਚ ਦੁਨੀਆ ਦਾ ਹਰ ਇੱਕ ਧਰਮ ਮੰਨਦਾ ਹੈ ਰੱਬ ਇੱਕ ਹੈ ਇਨਸਾਨੀਅਤ ਸਿਖਾਉਂਦਾ ਹੈ ਪਿਆਰ ਸਿਖਾਉਂਦੇ ਹੈ ਝਗੜੇ ਰੱਬ ਦੇ ਉੱਤੇ ਨਹੀਂ ਨੇ ਸਮਾਜ ਦੇ ਵਿੱਚ ਝਗੜੇ ਉਹਦੇ ਨਾਮ ਦੇ ਉੱਤੇ ਪੈ ਗਏ ਨੇ ਦੁਨੀਆਂ ਦਾ ਹਰੇਕ ਆਦਮੀ ਚੰਦਾ ਹੈ ਵੀ ਜਿਸ ਨਾਮ ਨੂੰ ਲੈ ਕੇ ਮੈਂ ਰੱਬ ਨੂੰ ਚੇਤੇ ਕਰਦਾ ਦੁਨੀਆਂ ਦੇ ਲੋਕੀ ਉਸੇ ਨਾਮ ਨੂੰ ਲੈ ਕੇ ਉਸ ਰੱਬ ਨੂੰ ਚੇਤੇ ਕਰਨ ਹੈ ਰੱਬ ਇੱਕ ਹੀ ਸੀ ਇਹ ਸਾਰੇ ਮੰਨਦੇ ਨੇ ਇਹੀ ਗੱਲ ਤੇ ਫਿਰੋਜ਼ ਸ਼ਾ ਤੁਗਲਕ ਜਿਹੜਾ ਹੈ ਨਾ ਨਾਮਦੇਵ ਨੂੰ ਜਦੋਂ ਤਸੀਹੇ ਦਿੰਦਾ ਤੇ ਉਹਦੇ ਸਾਹਮਣੇ ਕੋਈ ਇਹ ਨਹੀਂ ਸੀ ਵੀ ਨਾਮਦੇਵ ਧਰਮੀ ਨਹੀਂ ਸੀ ਨਾਮਦੇਵ ਤੇ ਧਰਮੀ ਸੀ ਪਰ ਫਰੂਖ ਸਾ ਤੁਗਲਕ ਇਹ ਸੋਚਦਾ ਸੀ ਕਿ ਜਿਹੜਾ ਸੰਸਾਰ ਦੇ ਵਿੱਚ ਖੁਦਾ ਦੀ ਗੱਲ ਕਰਦਾ ਹੈ ਸਿਰਫ ਧਰਮੀ ਹੋਈ। ਰਾਮ ਕਹਿਣ ਵਾਲਾ ਧਰਮੀ ਨਹੀਂ ਹੈ। ਹੋਰ ਕੋਈ ਨਾਮ ਦੇਣ ਵਾਲਾ ਧਰਮੀ ਨਹੀਂ ਹੈ। ਇਸ ਕਰਕੇ ਉਹ ਧੱਕੇ ਨਾਲ ਇੱਕ ਗੱਲ ਕਹਿੰਦਾ ਸੀ ਕਿ ਹੈ ਤੂੰ ਧਰਮੀ ਹੈ ਬਸ ਤੂੰ ਰਾਮ ਦਾ ਨਾਮ ਛੱਡ ਕੇ ਖੁਦਾ ਕਹਿਣਾ ਸ਼ੁਰੂ ਕਰ ਦੇ। ਇੱਥੋਂ ਤੱਕ ਜਦੋਂ ਸਜਾਵਾਂ ਦਿੱਤੀਆਂ ਤੇ ਉਹਦੀ ਮਾਂ ਨੇ ਵੀ ਇਹ ਗੱਲ ਕਹੀ ਸੀ ਕਿ ਬੇਟਾ ਤੂੰ ਵੀ ਦੇਖ ਰਾਮ ਤੇ ਖੁਦਾ ਜੀ ਤੇ ਫਰਕ ਕੋਈ ਨਹੀਂ ਇੱਕੋ ਹੀ ਹੈ। ਜੀ ਇਹ ਕਹਿੰਦਾ ਵੀ ਤੂੰ ਰਾਮ ਰਾਮ ਦੀ ਥਾਂ ਖੁਦਾ ਖੁਦਾ ਜਪ ਲਿਆ ਕਰ ਤੇ ਉਹਨੇ ਬੜੇ ਕਮਾਲ ਦੀ ਗੱਲ ਕੀਤੀ ਕਹਿੰਦਾ ਮਾਂ ਇਹ ਲੋਕੀ ਜਿਹੜੇ ਨੇ ਨਾ ਇਹ ਆਪਣੇ ਸਿਆਸਤ ਆਪਣੇ ਪਾਵਰ ਆਪਣੇ ਰਾਜ ਸੰਗਾਸਨ ਦੀਆਂ ਤਾਕਤਾਂ ਦੇ ਨਾਲ ਸਾਨੂੰ ਲਤਾੜਨਾ ਚੰਦੇ ਨੇ ਓੰਜ ਪਿਆਰ ਦੇ ਨਾਲ ਮੈਂ ਤੇ ਹਜ਼ਾਰਾਂ ਬਰ ਰਾਮ ਹਜ਼ਾਰਾਂ ਬਰ ਖੁਦਾ ਕਾ ਮੰਗਾ ਪਰ ਜੇ ਤੱਕੇ ਦੇ ਨਾਲੇ ਮੈਨੂੰ ਕਹੋਣਗੇ ਤੇ ਮੈਂ ਇੱਕ ਵਾਰ ਵੀ ਨਹੀਂ ਕਵਾਂਗਾ ਤੇ ਜੇ ਤੂੰ ਵੀ ਇਹਨਾਂ ਦੇ ਨਾਲ ਸ਼ਾਮਲ ਹੋਏਂਗੀ ਫਿਰ ਮੈਂ ਇੱਕ ਗੱਲ ਸੇਤੇ ਰੱਖੀ ਨਾ ਹੁਣ ਤੇਰਾ ਪੂਗੜਾ ਨਾ ਤੂੰ ਮੇਰੀ ਮਾਂ ਔਜ ਤੁੰਬਾ ਦਾ ਨਾਮ ਹੈ ਤੇਰਾ ਪੁੱਤਰ ਨਾ ਮੇਰੀ ਮਾਂ ਹੈ। ਭਗਵਾਨ ਤੇ ਇੱਕ ਹੈ ਰੱਬ ਤੇ ਇੱਕ ਹੈ ਪਰ ਉਹਦੇ ਨਾਮ ਦੇ ਉੱਤੇ ਸੰਸਾਰ ਦੇ ਵਿੱਚ ਝਗੜੇ ਪਾ ਦਿੱਤੇਗੇ। ਔਰ ਸਾ ਸੰਗਤ ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਹਨਾਂ ਯਾਤ ਉਹਨਾਂ ਮਸਬ ਦੇ ਲੋਕਾਂ ਨੂੰ ਜਿਨ੍ਹਾਂ ਨੂੰ ਕੋਈ ਦੁਨੀਆ ਦਾ ਲੋਕੀ ਨੀਚ ਕਹਿੰਦਾ ਸੀ ਜਿਨ੍ਹਾਂ ਬਾਰੇ ਨਾਮ ਦੇ ਲਿਖਦੇ ਨੇ ਹਸਤ ਖੇਲੂ ਤੇ ਤੇਰੇ ਦਿਉਰੇ ਆਇਆ ਭਗਤ ਕਰਤ ਨਾਮਾ ਪਕਰ ਠਾਇਆ। ਜਿਨ੍ਹਾਂ ਨੂੰ ਧਾਰਮਿਕ ਸਥਾਨਾਂ ਤੇ ਪਾਬੰਦੀਆਂ ਲਾ ਦਿੱਤੀਆਂ ਧੰਗ ਗੁਰੂ ਨਾਨਕ ਸਾਹਿਬ ਉਹਨਾਂ ਦੇ ਕੋਲ ਪਹੁੰਚੇ। ਉਹਨਾਂ ਲੋਕਾਂ ਦੀ ਜਿਹੜੀ ਬਾਣੀ ਸੀ ਜੇ ਬਾਬਾ ਕਬੀਰ ਸਾਹਿਬ ਕੋਲ ਗੁਰੂ ਨਾਨਕ ਸਾਹਿਬ ਪਹੁੰਚਦੇ ਨੇ ਤੇ ਬਾਬਾ ਕਬੀਰ ਸਾਹਿਬ ਦਾ ਜਦੋਂ ਸ਼ਬਦ ਗੁਰੂ ਨਾਨਕ ਸਾਹਿਬ ਉੱਥੇ ਸੁਣਦੇ ਨੇ ਹਮਕਰ ਸੂਤ ਤਨ ਨਿਤਾਨਾ ਕੰਠ ਜਨੇਉ ਤੁਮਾਰੇ ਤੇ ਗੁਰੂ ਸਾਹਿਬ ਕਹਿੰਦੇ ਨੇ ਵੀ ਕਮਾਲ ਹੈ ਜਿਹੜੀ ਗੱਲ ਬਾਬਾ ਕਬੀਰ ਸਾਹਿਬ ਬਨਾਰਸ ਦੀ ਧਰਤੀ ਤੇ ਕਹਿੰਦੇ ਨੇ ਇਹੀ ਗੱਲ ਤੇ ਮੈਂ ਨਨਕਾਣੇ ਦੀ ਯੂਹ ਦੇ ਵਿੱਚ ਕਹਿ ਕੇ ਆਇਆ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤਵਟ ਇਥੇ ਗੁਰੂ ਸਾਹਿਬ ਨੇ ਕੋਈ ਅਮੀਰ ਗਰੀਬ ਦੇਖ ਕੇ ਕਿਸੇ ਨੂੰ ਧਰਮ ਦੇ ਰਾਜ ਨਹੀਂ ਲੰਦਾ ਬਲਕਿ ਗੁਰੂ ਸਾਹਿਬ ਨੇ ਉਹਦੇ ਵਿਚਾਰਾਂ ਉਹਦੇ ਸਿਧਾਂਤਾਂ ਨੂੰ ਜਿਹੜਾ ਜਿਹੜੇ ਉਹਦੀ ਦੇਨ ਸੀ ਉਹਨੂੰ ਗੁਰੂ ਸਾਹਿਬ ਨੇ ਜਿਹੜਾ ਉਹ ਉਹ ਚੀਜ਼ਾਂ ਉਹਨਾਂ ਕੋਲੋਂ ਲਈਆਂ ਨੇ ਇਸ ਤਰ੍ਹਾਂ ਇਹਨਾਂ ਸਾਰਿਆਂ ਮਹਾਂਪੁਰਸ਼ਾਂ ਦੀ ਬਾਣੀ ਜਦੋਂ ਇਕੱਠੀ ਹੋਈ ਗੁਰੂ ਨਾਨਕ ਸਾਹਿਬ ਜਦੋਂ ਜੋਤੀ ਜੋਤ ਸਮਾਏ ਇਹ ਸਾਰੀ ਬਾਣੀ ਇਕੱਠੀ ਕਰਕੇ ਗੁਰੂ ਅੰਗਦ ਸਾਹਿਬ ਮਹਾਰਾਜ ਦੀ ਝੋਲੀ ਚ ਪਾ ਗਏ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਆਪਣੀ ਬਾਣੀ ਵੀ ਰਚੀ ਗੁਰੂ ਨਾਨਕ ਸਾਹਿਬ ਦੀ ਬਾਣੀ ਉਹਨਾਂ ਭਗਤ ਸਹਿਬਾਨਾਂ ਦੀ ਪਟ ਸੇ ਜਿਹੜੀ ਬਾਣੀ ਸੀ ਉਹ ਵੀ ਇਸੇ ਤਰ੍ਹਾਂ ਗੁਰੂ ਅਮਰਦਾਸ ਮਹਾਰਾਜ RAMਦਾਸ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਵੇਲੇ ਤੱਕ ਪਟ ਸਹਿਬਾਨ ਵੀ ਜਿਹੜੇ ਸੀ ਉਹ ਵੀ ਉਹਨਾਂ ਨੇ ਵੀ ਬਾਣੀ ਰਚੀ ਸੀ ਹੁਣ ਇੱਥੇ ਗੁਰੂ ਅਰਜਨ ਸਾਹਿਬ ਮਹਾਰਾਜ ਜਦੋਂ ਗੁਰਤਾ ਗੱਦੀ ਤੇ ਵਿਰਾਜਮਾਨ ਹੁੰਦੇ ਨੇ ਤੇ ਅਸੀਂ ਸਾਰੇ ਜਾਣਦੇ ਹਾਂ ਵੀ ਆਪਣੇ ਪ੍ਰਾਪਰਥੀ ਚੰਦ ਬਲੋਂ ਵਿਰੋਧਤਾ ਕੀਤੀ ਜਾਂਦੀ ਵੇਖੋ 사ਸੰਗਤ ਬਾਕੀ ਵਿਰੋਧਤਾ ਸਾਰੀ ਝੱਲੀ ਜਾ ਸਕਦੀ ਬਾਕੀ ਛੋਟੇ-ਛੋਟੇ ਇੱਕ ਦੂਜੇ ਨਾਲ ਕਿੰਤੂ ਪਰੰਤੂ ਝੱਲੇ ਜਾ ਸਕਦੇ ਨੇ ਪਰ ਇੱਕ ਗੱਲ ਚੇਤੇ ਰੱਖਿਓ ਗੁਰੂ ਗ੍ਰੰਥ ਸਾਹਿਬ ਦੇ ਨਾਲ ਖਿਲਵਾੜ ਉਸ ਬਾਣੀ ਦੇ ਨਾਲ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਉਹ ਅੱਜ ਵੀ ਸੰਸਾਰ 'ਚ ਹੈ ਨਹੀਂ ਬਰਦਾਸ਼ਤ ਕੀਤਾ ਜਾ ਸਕਦਾ ਏਸ਼ੇ ਤਰ੍ਹਾਂ ਉਹਨਾਂ ਸਮਿਆਂ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਕੰਮ ਕੀਤਾ ਪ੍ਰਿਥੀਚੰਦ ਨੇ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਨਰਾਦਰ ਉਸ ਨੇ ਇਥੋਂ ਤੱਕ ਇੱਕ ਆਪ ਗ੍ਰੰਥ ਲਿਖਤਾ ਔਰ ਸਾਡੀ ਗਿਆਨਤਾ ਸਹਾਸੰਗਤ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਅਧਿਐਨ ਆਪ ਨਹੀਂ ਕੀਤਾ ਔਰ ਇਸੇ ਕਰਕੇ ਅੱਜ ਉਹਨਾਂ ਦੇ ਲਿਖਿ ਹੋਏ ਗ੍ਰੰਥ ਸਾਡੀਆਂ ਜ਼ੁਬਾਨਾਂ ਤੇ ਜ਼ਿਆਦਾ ਨੇ ਤੁਹਾਡੇ ਅੱਜ ਵੀ ਸੰਸਾਰ ਦੇ ਵਿੱਚ 90% ਜਿਹੜੀਆਂ ਸਾਡੀ ਗੱਡੀਆਂ ਨੇ ਉਹਨਾਂ ਉੱਤੇ ਆ ਪੰਕਤੀਆਂ ਲਿਖੀਆਂ ਨੇ ਨਾਮੁ ਖੁਮਾਰੀ ਨਾਨਕਾ ਚੜੀ ਰਹਿ ਦਿਨ ਰਾਤ ਕਿੱਥੇ ਲਿਖਿਆ ਗੁਰੂ ਗ੍ਰੰਥ ਸਾਹਿਬ 'ਚ ਇਹ ਸਾਰੇ ਦੀਆਂ ਸਾਰੀਆਂ ਉਹਨਾਂ ਦੀਆਂ ਉਹ ਮਿਲਵਰਤਨੀ ਜਿਹੜੀਆਂ ਅਸੀਂ ਵਿੱਚ ਮਿਲਾਵਟਾਂ ਕਰਕੇ ਜਿੱਦਾਂ ਅੱਜ ਹੁੰਦਾ ਹੈ ਚਾਰ ਇਤਿਹਾਸਿਕ ਤੱਥ ਲੈ ਕੇ ਉਹਦੇ ਵਿੱਚ ਮਿਲਵਰਤਨ ਕਰਕੇ ਗ੍ਰੰਥ ਤਿਆਰ ਕਰ ਦਿੱਤੇ ਜਾਂਦੇ ਨੇ ਕੁਛਕ ਸਿਧਾਂਤਕ ਗੱਲਾਂ ਗਾਂ ਪਿਸ਼ਾਂ ਪਾ ਕੇ ਵਿੱਚ ਸਾਰਾ ਕੂੜ ਕਪਟ ਪਾ ਕੇ ਇਹੋ ਜਿਹੇ ਗ੍ਰੰਥ ਤਿਆਰ ਕਰ ਦਿੱਤੇ ਜਾਂਦੇ ਨੇ ਫਿਰ ਅਸੀਂ ਧਿਆਨ ਨਹੀਂ ਦਿੰਦੇ ਜਦੋਂ ਆਉਣ ਵਾਲੇ ਸਮੇਂ ਤੇ ਕੋਈ ਸਾਡਾ ਉਹਨਾਂ ਦੇ ਵਿੱਚੋਂ ਪੜ ਕੇ ਸਾਨੂੰ ਦਲੀਲ ਦਿੰਦਾ ਫਿਰ ਅਸੀਂ ਸਾਰੇ ਅੱਗ ਬੋਲੇ ਹੋ ਜਾਂਦੇ ਪਰ ਜਦੋਂ ਇਹ ਤਿਆਰ ਕੀਤੇ ਜਾਂਦੇ ਨੇ ਉਦੋਂ ਸਾਡਾ ਇਸ ਪਾਸੇ ਤਿਆਰ ਨਹੀਂ ਦਿੰਦਾ ਇਸੇ ਤਰ੍ਹਾਂ ਹੋਇਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜੀ ਸੀ ਇਥੋਂ ਤੱਕ ਸਾਰਾ ਕੁਝ ਆਪਣਾ ਪ੍ਰਿਥੀ ਚੰਦ ਨੇ ਲਿਖਿਆ ਪਰ ਜਿੱਦਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਚਾਹੇ ਗੁਰੂ ਨਾਨਕ ਸਾਹਿਬ ਨੇ ਲਿਖਿਆ ਗੁਰੂ ਅੰਗਦ ਸਾਹਿਬ ਗੁਰੂ ਅਮਰਦਾਸ ਜਿਸ ਗੁਰੂ ਸਾਹਿਬਾਨ ਨੇ ਵੀ ਲਿਖਿਆ ਉਹਨੇ ਸਮਾਪਤੀ ਗੁਰੂ ਨਾਨਕ ਸਾਹਿਬ ਦੇ ਨਾਮ ਤੇ ਪਾਈ ਹੈ ਭੋਗ ਗੁਰੂ ਨਾਨਕਾ ਪਾਇਓ ਉਹਨੇ ਭੋਗ ਉੱਥੇ ਪਾਇਆ ਜਾ ਕੇ ਤੇ ਪ੍ਰਿਥੀ ਚੰਦ ਨੇ ਵੀ ਇਦਾਂ ਕੀਤਾ ਵੀ ਉਹਨੇ ਆਪਣਾ ਸਾਰਾ ਕੁਝ ਜਿਹੜਾ ਕੂੜਕਪਟ ਲਿਖ ਕੇ ਥੱਲੇ ਗੁਰੂ ਨਾਨਕ ਸਾਹਿਬ ਦੇ ਨਾਮ ਦੀ ਵਰਤੋਂ ਕਰ ਦਿੱਤੀ ਵੀ ਲੋਕਾਂ ਨੂੰ ਭੁਲੇਖਾ ਪੈ ਜੇ ਜਦੋਂ ਅੱਜ ਸਮਾਜ ਦੇ ਵਿੱਚ ਭੁਲੇਖਾ ਪੈ ਜਾਂਦਾ ਲੋਕਾਂ ਨੂੰ ਭੁਲੇਖਾ ਪੈ ਜਾਂਦਾ ਸਮਾਜ ਦੇ ਵਿੱਚ ਸੁਰ ਸਾਸੰਗਤ ਇਹੀ ਕਾਰਨ ਸੀ ਕਿ ਜਦੋਂ ਗੁਰੂ ਪਾਤਸ਼ਾਹ ਨੇ ਦੇਖਿਆ ਇਸ ਬਾਣੀ ਦੇ ਵਿੱਚ ਮਲਾਵਟ ਹੋ ਰਹੀ ਹੈ ਉਸ ਵਕਤ ਭਾਈ ਗੁਰਦਾਸ ਜੀ ਨੂੰ ਲੈ ਕੇ ਰਾਮ ਸਰ ਦੀ ਉਸ ਰਮਣੀਕ ਸਥਾਨ ਤੇ ਅੱਜ ਵੀ ਉਹ ਦਰਖਤ ਮੌਜੂਦ ਹੈ ਜਦੇ ਥੱਲੇ ਬੈਠ ਕੇ ਗੁਰੂ ਸਾਹਿਬ ਨੇ ਲੰਬਾ ਸਮਾ ਲਾ ਕੇ ਉਸ ਵਕਤ ਇਹ ਸਾਰੀ ਬਾਣੀ ਜਿਹੜੀ ਸੀ ਇਹਨੂੰ ਤਰਤੀਬ ਦੇ ਕੇ ਭਾਈ ਗੁਰਦਾਸ ਜੀ ਪਾਸੋਂ ਗੁਰੂ ਸਾਹਿਬ ਨੇ ਉੱਥੇ ਲਿਖਵਾਇਆ ਪੂਰਾ ਸਰੂਪ ਤਿਆਰ ਹੋਇਆ ਸਾਸੰਗਤ ਅਖੀਰ ਗੁਰੂ ਸਾਹਿਬ ਨੇ ਅੱਜ ਦੇ ਦਿਨ 1 ਸਤੰਬਰ ਜਿਹਨੂੰ ਸ੍ਰੀ 17 ਪadowi ਕਹਿੰਦੇ ਆ ਗੁਰੂ ਸਾਹਿਬ ਮਹਾਰਾਜ ਨੇ ਉਸ ਵਕਤ ਉਸ ਰੂਪ ਨੂੰ ਬਾਬਾ ਬੁੱਢਾ ਜੀ ਦੇ ਸੀਸ ਦੇ ਉੱਤੇ ਰੱਖ ਕੇ ਆਪ ਚਬਰ ਕਰਦੇ ਹੋਏ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਆਏ ਪ੍ਰਕਾਸ਼ ਕੀਤਾ ਔਰ ਬਾਬਾ ਬੁੱਢਾ ਜੀ ਨੂੰ ਇੱਕ ਗੱਲ ਕਹੀ ਬਾਬਾ ਬੁੱਢਾ ਖੋਲੋ ਗ੍ਰੰਥ ਲਿਓ ਆਵਾਜ਼ ਸੁਣੈ ਸਿੱਖ ਪੰਥ ਉਸ ਵਕਤ ਅੱਜ ਦੇ ਦਿਨ ਪਹਿਲਾ ਹੁਕਮਨਾਮਾ ਸੰਤਾਂ ਕੇ ਕਾਰਜ ਆਪ ਖਲਵਾ ਬਾਬਾ ਬੁੱਢਾ ਜੀ ਨੇ ਲਿਆ ਸ਼ਾਮਾਂ ਦਾ ਸਮਾਂ ਆਇਆ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਸਵਾਲ ਰੱਖਿਆ ਵੀ ਹੁਣ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਇਹ ਜੇ ਸਤਕਾਰ ਇਹਨਾਂ ਨੂੰ ਸ਼ਾਮਾਂ ਦੇ ਸਮੇਂ ਸੁਖਾਸਣ ਕਰਕੇ ਕਿੱਥੇ ਲੈ ਕੇ ਜਾਵਾਂਗੇ ਤੇ ਸਤਿਗੁਰੂ ਕਹਿੰਦੇ ਜਿੱਥੇ ਮੇਰੀ ਰਿਹਾਈਸ਼ ਹੈ ਕੋਠਾ ਸਾਹਿਬ ਗੁਰੂ ਸਾਹਿਬ ਮਹਾਰਾਜ ਪਰਿਵਾਰ ਸਾਹਿਬ ਦੇ ਸਾਹਮਣੇ ਉੱਥੇ ਰਹਿੰਦੇ ਸੀ ਜਿਸ ਜੋ ਪਲੰਗ ਗੁਰੂ ਪਾਤਸ਼ਾਹ ਦੇ ਸਤਕਾਰ ਵਾਸਤੇ ਸੀ ਸਤਗੁਰੂ ਨੇ ਸੁਆਸ ਸੁਸ਼ਸ ਕਰਕੇ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਸੀ ਸੁਹਾਸਨ ਕੀਤਾ ਔਰ ਆਪ ਥੱਲੇ ਪੁੰਜੇ ਜਿਹੜੇ ਸੀ ਚਾਦਰ ਢਾਕੇ ਆਪ ਜਿਹੜੇ ਨੇ ਉੱਥੇ ਸੁੰਦੇ ਰਹੇ ਔਰ ਅੱਜ ਵੀ ਪੰਥਨੀਓ ਮਰਿਆਦਾ ਕਾਇਮ ਰੱਖੀ ਹੈ ਅੱਜ ਵੀ ਤੁਸੀਂ ਕਾਲ ਤੱਕ ਸਾਹਿਬ ਜਾਓ ਉੱਥੇ ਅੱਜ ਵੀ ਵੇਖੋ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਸੁਖਾਸਨ ਸ਼ਾਮ ਨੂੰ ਹੁੰਦਾ ਹੈ ਉਹਦੇ ਥੱਲੇ ਅੱਜ ਵੀ ਇੱਕ ਚਿੱਟੀ ਚਾਦਰ ਵਿਛਾਈ ਜਾਂਦੀ ਹੈ ਜਾਣੀ ਕਹਿਣ ਤੋਂ ਪੱਬ ਇੰਨਾ ਸਤਕਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਆਪ ਕਰਦੇ ਨੇ ਗੁਰੂ ਅਰਜਨ ਸਾਹਿਬ ਸੋ satsangat ਆਉ ਕੋਸ਼ਿਸ਼ ਕਰੀਏ ਅੱਜ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਤਕਾਰ ਜਿਹੜਾ ਬਰਕਰਾਰ ਹੋਵੇ ਅੱਜ ਤੇ ਵੱਧ ਕਿਸਮਤੀ ਗੁਰੂ ਗ੍ਰੰਥ ਸਾਹਿਬ ਦੇ ਸਤਕਾਰ ਦੇ ਕੋਲੋਂ ਜ਼ਿਆਦਾ ਅਹਿਮੀਅਤ ਕਿਤੇ ਇਨਸਾਨਾਂ ਬੰਦਿਆਂ ਦੇ ਸਤਕਾਰਾਂ ਨੂੰ ਦਿੱਤੀ ਜਾਂਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜੇ ਕਿਤੇ ਪਾਵਨ ਸਰੂਪ ਤੁਹਾਡੇ ਘਰ ਦੇ ਗਾਂ ਲੰਘ ਕੇ ਕਿਸੇ ਗਵੰਡੀ ਦੇ ਘਰ ਪਾਠ ਰੱਖਿਆ ਹੋਵੇ ਉੱਥੇ ਜਾਣਾ ਹੋਵੇ ਤੇ ਸ਼ਾਇਦ ਅਸੀਂ ਆਪਣੇ ਘਰ ਵਾਲੇ ਸਾਰੇ ਘਰੋਂ ਬਾਹਰ ਨਿਕਲ ਕੇ ਸਵਾਗਤ ਕਰਨ ਵਾਸਤੇ ਨਾ ਆਈਏ ਪਰ ਜੇ ਕੋਈ ਮਨੁੱਖ ਜਿਹੜਾ ਸਾਡੇ ਘਰ ਦੇ ਸਾਹਮਣੇ ਉਲੰਘ ਕੇ ਕਿਸੇ ਦੇ ਘਰ ਜਾਏ ਤੇ ਹੋ ਸਕਦਾ ਅਸੀਂ ਸਵੇਰੇ ਤਿੰਨ ਤਿੰਨ ਚਾਰ ਚਾਰ ਵਾਰ ਝਾੜੂ ਲਾ ਦੀ ਉਸ ਲੱਗ ਕੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਬੰਦਿਆਂ ਨੂੰ ਅਸੀਂ ਹੋ ਸਕਦਾ ਨੱਕ ਮਸਤਕ ਹੋ ਕੇ ਮੱਥੇ ਟੇਕ ਟੇਕ ਕੇ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਨਹੀਂ ਇਹ ਨਰਾਦਰੀ ਕਰਦੇ ਆਓ ਸਾ ਸੰਗਤ ਗੁਰੂ ਕਿਰਪਾ ਕਰੇ ਅੱਜ ਗੁਰੂ ਗ੍ਰੰਥ ਸਾਹਿਬ ਦੇ ਇਸ ਪ੍ਰਕਾਸ਼ ਦਿਹਾੜੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਆਦਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਤਕਾਰ ਕਰੀਏ ਔਰ ਦੁਨੀਆ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਹੋਰ ਕੋਈ ਦੇਖੋ ਹਰ ਇੱਕ ਧਰਮ ਦੇ ਧਾਰਮਿਕ ਗ੍ਰੰਥ ਮੁਬਾਰਕ ਨੇ ਜਿਨ੍ਹਾਂ ਲੋਕਾਂ ਦੇ ਨੇ ਮੁਬਾਰਕ ਨੇ ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਕੋਈ ਲਬਜ ਨਾ ਵੱਧ ਸਕਦਾ ਨਾ ਘਟ ਸਕਦਾ ਨਾ ਹੀ ਇਹਦੇ ਬਰਾਬਰ ਜਿਹੜਾ ਕਿਸੇ ਹੋਰ ਚੀਜ਼ ਨੂੰ ਜਿਹੜਾ ਇੰਨਾ ਸਤਕਾਰ ਸਿੱਖ ਧਰਮ ਦੇ ਵਿੱਚ ਦਿੱਤਾ ਜਾ ਸਕਦਾ। ਬਾਕੀ ਧਰਮ ਦੇ ਗ੍ਰੰਥ ਸਾਰੇ ਸਤਕਾਰਯੋਗ ਨੇ। ਕੋਈ ਕੁਰਾਨ ਪੜਦਾ ਹੈ, ਕੋਈ ਪ੍ਰਾਨ ਪੜਦਾ ਹੈ, ਕੋਈ ਗੀਤਾ ਪੜਦਾ ਹੈ ਸਭ ਮੁਬਾਰਕ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਤਕਾਰ ਆਦਬ ਉੱਤਮ ਹੈ ਕਿਉਂਕਿ ਇਹ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਹੈ। ਇਸ ਸਾਰੇ ਬਾਦਸ਼ਾਹਾਂ ਦਾ ਬਾਦਸ਼ਾਹ ਸੋ ਸਾਧ ਸੰਗਤ ਅੱਜ ਸੰਖੇਪ ਜਿਹਾ ਪ੍ਰੋਗਰਾਮ ਕਿਉਂਕਿ ਇਸ ਕਰੋਨਾ ਮਹਾਮਾਰੀ ਕਰਕੇ ਸੰਗਤ ਜਿਹੜੀ ਹੈ ਉਹਦਾ ਬਹੁਤ ਇਕੱਠ ਜਿਹੜਾ ਹੈ ਗੁਰੂ ਘਰਾਂ ਦੇ ਵਿੱਚ ਚੰਗੀ ਗੱਲ ਹੈ ਨਾ ਕੀਤਾ ਜਾਵੇ ਜਿੰਨਾ ਪ੍ਰਕਾਸ਼ਨ ਲਿਆ ਜਾਵੇ ਅਰਦਾਸ ਕਰੀ ਸਤਗੁਰੂ ਜੀ ਇਸ ਮਹਾਬਿਮਾਰੀ ਤੋਂ ਸੰਸਾਰ ਨੂੰ ਜਿਹੜਾ ਹੈ ਮੁਕਤ ਕਰੋ ਸੋ ਇਤਨੀਆ ਵਿਚਾਰਾਂ ਪ੍ਰਮਾਨਪੂਰਨ ਗਲਤੀ ਦੀ ਖਿਮਾ ਦਿਓ ਸਿਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ